ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਵੱਲੋਂ ਇੱਕ ਸੁਨੇਹਾ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਜੀ। ਕੱਲ੍ਹ ਸਵੇਰੇ 10 ਵਜੇ ਪਿੰਡ ਲਚਕਾਣੀ ਗੁਰੂ ਘਰ ਦੇ ਵਿੱਚ ਇੱਕ ਅੰਤਿਮ ਅਰਦਾਸ ਹੋ ਰਹੀ ਹੈ ਜੀ। ਤੁਹਾਨੂੰ ਪਤਾ ਸੰਸਥਾ ਦੇ ਵਿੱਚ ਇੱਕ ਰਾਂਝਾ ਨਾਮ ਦਾ ਵਿਅਕਤੀ ਜਿਸ ਨੂੰ ਕਿ ਆਪਾਂ ਪਿੰਡ ਲੱਖੇ ਵਾਲਾ ਧਰਮਗੜ੍ਹ ਪਿੰਡ ਤੋਂ ਅਮਲੋਹ ਤੋਂ ਲੈ ਕੇ ਆਏ ਸੀ ਜੀ, ਜੋ ਕਿ ਪਿਛਲੇ 15-20 ਸਾਲ ਤੋਂ ਸੜਕਾਂ 'ਤੇ ਹੀ ਨਰਕ ਕੱਟ ਰਿਹਾ ਸੀ, ਜੋ ਕਿ ਆਪਣੇ ਪਿੰਡ ਦਾ ਜਿਹੜਾ ਸੱਥ ਹੁੰਦੀ ਹੈ ਜਾਂ ਪਿੰਡ ਦਾ ਜਿਹੜਾ ਅੱਡਾ ਹੁੰਦਾ ਉੱਥੇ ਆਪਣੀ ਜ਼ਿੰਦਗੀ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਸੀ। ਪਿਛਲੇ 7-8 ਮਹੀਨਿਆਂ ਤੋਂ ਉਹ ਆਪਣੇ ਇਸ ਪਰਿਵਾਰ ਦਾ ਹਿੱਸਾ ਸੀਗਾ ਜੀ। ਅਚਾਨਕ ਉਹਦੀ ਜਿਹੜੀ ਮੌਤ ਹੋਈ ਸੀ, ਡਾਕਟਰਾਂ ਕੋਲ ਐਡਮਿਟ ਕੀਤਾ ਵਾ ਸੀਗਾ ਉਸ ਵੀਰ ਨੂੰ ਆਪਾਂ ਨੇ। ਪਹਿਲਾਂ ਰਜਿੰਦਰਾ ਦੇ ਵਿੱਚ ਇਲਾਜ ਚੱਲਿਆ ਜੀ ਕਰੀਬ 10-15 ਦਿਨ, ਫਿਰ ਪਟਿਆਲੇ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਇਲਾਜ ਚੱਲਿਆ ਜੀ। ਕੋਈ ਉਹਨਾਂ ਦੇ ਸਰੀਰ ਦੇ ਵਿੱਚ ਖੂਨ ਨਾ ਬਣਨ ਦੀ ਕੋਈ ਪ੍ਰੋਬਲਮ ਆਈ, ਇੱਕੋ ਲੱਖ ਕੋਈ ਅਟੈਕ ਆਇਆ ਜੀ, ਜਿਹਦੇ ਨਾਲ ਉਹਨਾਂ ਦੀ ਚੜ੍ਹਾਈ, ਜਿਹਦੇ ਨਾਲ ਉਹ ਸਰੀਰ ਛੱਡ ਗਏ। ਔਰ ਕੱਲ੍ਹ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਪਿੰਡ ਲਚਕਾਣੀ ਗੁਰੂ ਘਰ ਦੇ ਵਿੱਚ ਕੀਤੀ ਜਾਣੀ ਆ ਜੀ। ਪਲੀਜ਼ ਸਾਡੀ ਬੇਨਤੀ ਆ, ਸਾਰੇ ਭੈਣ ਭਰਾ 10 ਵਜੇ ਜ਼ਰੂਰ ਇਸ ਦੁੱਖ ਦੀ ਘੜੀ ਦੇ ਵਿੱਚ ਜ਼ਰੂਰ ਤੁਸੀਂ ਆਉਣਾ, ਕਿਉਂਕਿ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋਣਾ, ਦੁੱਖ ਦੀ ਘੜੀ ਦੇ ਵਿੱਚ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਨਾਲ ਖੜਨਾ। 10 ਵਜੇ ਪਿੰਡ ਲਚਕਾਣੀ ਗੁਰੂ ਘਰ ਦੇ ਵਿੱਚ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਵੱਲੋਂ ਇਹ ਸੁਨੇਹਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੀ। ਬਹੁਤ ਧੰਨਵਾਦ। ਬਾਕੀ ਅੱਗੇ ਬਿਲਡਿੰਗ ਬਣ ਰਹੀ ਹੈ ਜੀ, ਬਹੁਤ ਕਾਰਜ ਨੇ ਹਜੇ ਕਰਨ ਵਾਲੇ, ਅਸੀਂ ਉਡੀਕ ਕਿਸ ਚੀਜ਼ ਦੇ ਹਾਂ, ਕਿਉਂਕਿ ਬਿਲਡਿੰਗ ਆਪਣੇ ਕੋਲ ਜਗ੍ਹਾ ਨਹੀਂ ਹੈਗੀ, ਉਸ ਕਰਕੇ ਜਗ੍ਹਾ ਨਾ ਹੋਣ ਕਰਕੇ ਹੋਰ ਜਿਹੜੇ ਇੱਦਾਂ ਦੇ ਵੀਰ ਨੇ ਸੜਕਾਂ 'ਤੇ ਉਹਨਾਂ ਨੂੰ ਲਿਆ ਨਹੀਂ ਪਾ ਰਹੇ ਜੀ, ਜਾਂ ਛੁਡਵਾ ਨਹੀਂ ਪਾ ਰਹੇ। ਬੜੀ ਜਲਦੀ ਆਪਣੀ ਜਗ੍ਹਾ ਬਣ ਜੂਗੀ, ਤਾਂ ਫਿਰ 150-200 ਬੰਦਾ ਇੱਦਾਂ ਦਾ ਆਪਾਂ ਨੇ ਕਵਰ ਕਰਨਾ, ਹੌਲੀ ਹੌਲੀ ਮਹਾਰਾਜ ਮਿਹਰ ਕਰਨਗੇ ਜੀ। ਧੰਨਵਾਦ ਸਾਰੀ ਸੰਗਤ ਦਾ, ਜਿਨ੍ਹਾਂ ਕਰਕੇ ਕਾਰਜ ਚੱਲ ਰਿਹਾ, ਜਿਨ੍ਹਾਂ ਕਰਕੇ ਇੱਦਾਂ ਦੇ ਰਾਂਝੇ ਵਰਗੇ ਵੀਰ ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਨਾਲ ਖੜਨ ਦੀ ਸਾਨੂੰ ਹਿੰਮਤ ਦਿੱਤੀ, ਬਹੁਤ ਸ਼ੁਕਰਾਨਾ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।